ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈਫ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮੇਥੀ ਦੇ ਹਾਲੋਂ ਤੇ ਆਲੂਆਂ ਦੀ ਭੁਰਜੀ ਤੇ ਜੋ ਕਿ ਬਹੁਤ ਹੀ ਟੇਸਟੀ ਬਣਦੀ ਆ ਤੇ ਬਣਦੀ ਤੇ ਸਾਰੇ ਘਰਾਂ ਦੇ ਵਿੱਚ ਵਾਪਰ ਸਾਡੇ ਤਰੀਕੇ ਨਾਲ ਬਣਾ ਕੇ ਵੇਖਿਓ ਬਹੁਤ ਵਧੀਆ ਬਣੂਗੀ ਤੇ ਇਹਦੇ ਵਿੱਚ ਕੀ ਪੈਣਾ ਉਹ ਤੁਹਾਨੂੰ ਦੱਸਦੇ ਆ ਕਿਲੋ ਆਪਾਂ ਮੇਥੀ ਲਈ ਆ ਤੇ ਮੇਥੀ ਦੇ ਵਿੱਚ ਆਪਾਂ ਅੱਧਾ ਕਿਲੋ ਮੇਥੀ ਪਾਈ ਹੈ ਤੇ ਅੱਧਾ ਕਿਲੋ ਆਪਾਂ ਹਾਲੋਂ ਪਾਈ ਆ ਤੇ ਕਿਉਂਕਿ ਹਾਲੋਂ ਜਿਹੜੀ ਆ ਉਹ ਵੀ ਖਾਣੀ ਜਿਹੜੀ ਆ ਸਰੀਰ ਵਾਸਤੇ ਬਹੁਤ ਚੰਗੀ ਆ ਤੇ ਮੇਥੀ ਜਿਹੜੀ ਆ ਉਹ ਵੀ ਬਹੁਤ ਵਧੀਆ ਵਾ ਇਹ ਵਾਈ ਨਹੀਂ ਹੁੰਦੀ ਅਤੇ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਬਣਾਉਣੀ ਚਾਹੀਦੀ ਆ ਅਤੇ ਬਹੁਤ ਵਧੀਆ ਬਣਦੀ ਆ ਬਹੁਤ ਟੇਸਟੀ ਬਣਦੀ ਆ ਅਤੇ ਕਈ ਕਹਿ ਦਿੰਦੇ ਕਿ ਸਾਡੀ ਭੁਰਜੀ ਜਿਹੜੀ ਆ ਮੇਥੀ ਦੀ ਕੌੜੀ ਬਣੀ ਆ ਹਾਲੋਂ ਕੌੜੀ ਵਾਲੀ ਪਰ ਇਹ ਖਾਣੀ ਜਿਹੜੀ ਆ ਬਹੁਤ ਵਧੀਆ ਵਾ ਕੌੜੀ ਮਾਸਾ ਨਹੀਂ ਬਣੂਗੀ ਸਾਡੇ ਤਰੀਕੇ ਨਾਲ ਤੁਸੀਂ ਬਣਾ ਕੇ ਵੇਖਿਓ ਅਤੇ ਇਹਨੂੰ ਆਪਾਂ ਮੇਥੀ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਅਤੇ ਫਿਰ ਇਹਨੂੰ ਚੁਗਿਆ ਚੁੱਕ ਕੇ ਫਿਰ ਆਪਾਂ ਇਹਨਾਂ ਨੂੰ ਕੱਟਿਆ ਅਤੇ ਇਹਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਵਾ ਕਿਉਂਕਿ ਰੇਤ ਲੱਗੀ ਹੁੰਦੀ ਆ ਥੋੜ੍ਹੀ ਬਹੁਤੀ ਅਤੇ ਉਹਨੂੰ 5-6 ਪਾਣੀ ਧੋਣਾ ਚਾਹੀਦਾ ਚੰਗੀ ਤਰ੍ਹਾਂ ਧੋ ਕੇ ਅਤੇ ਬਾਅਦ 'ਚ ਕੱਟਣਾ ਚਾਹੀਦਾ ਵਾ ਅਤੇ ਨਹੀਂ ਤਾਂ ਇਹਦਾ ਰਸ ਰੁਸ ਜਿਹੜਾ ਵਾ ਵੀ ਸਾਰਾ ਬਾਹਰ ਨਿਕਲ ਜਾਂਦਾ ਵਾ ਅਤੇ ਇਹ ਆਪਾਂ ਸਾਫ਼ ਕਰ ਲਈ ਫਿਰ ਆਪਾਂ ਆਲੂ ਲਏ ਆ ਅੱਧਾ ਕਿਲੋ ਆਲੂ ਲਏ ਆ ਆਲੂਆਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਰੇਤ ਲੱਗੀ ਹੁੰਦੀ ਇਹਨਾਂ ਦੇ ਚੰਗੀ ਤਰ੍ਹਾਂ ਇਹਨਾਂ ਨੂੰ ਧੋਤਾ ਵਾ ਅਤੇ ਫਿਰ ਇਹਨਾਂ ਨੂੰ ਕੱਟ ਕੇ ਫਿਰ ਦੁਬਾਰਾ ਧੋਤਾ 5-6 ਪਾਣੀ ਧੋਣਾ ਚਾਹੀਦਾ ਵਾ ਅਤੇ ਚੰਗੀ ਤਰ੍ਹਾਂ ਧੋਣਾ ਚਾਹੀਦਾ ਵਾ ਕਿਉਂਕਿ ਕਿਰਕ ਨਾ ਆਵੇ ਵਿੱਚ ਅਤੇ ਇਹਨੂੰ ਜਿਹੜੇ ਮੇਥੀ ਭੁਰਜੀ ਵਿੱਚ ਜਿਹੜੇ ਆਲੂ ਪਾਈਦੇ ਆ ਉਹ ਪਤਲੇ ਪਤਲੇ ਪਾਉਣੇ ਚਾਹੀਦੇ ਆ ਅਤੇ ਆਪਾਂ ਅੱਧਾ ਕਿਲੋ ਆਲੂ ਲਿਆ ਸੀ ਅਤੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਧੋ ਧਾ ਕੇ ਅਤੇ ਆ 2 ਮਿਰਚਾਂ ਲਈਆਂ ਇਹਨਾਂ ਨੂੰ ਗ੍ਰੈਂਡ ਕਰ ਲਿਆ ਅਤੇ ਆਹ ਆਪਾਂ ਅਦਰਕ ਲਿਆ ਵਾ 1 ਚਮਚਾ ਇਹ ਜਿਹੜਾ ਪੇਸਟ ਵਾ 1 ਚਮਚਾ ਵਾ ਅਤੇ ਆਹ ਧਨੀਆ ਲਿਆ ਵਾ ਆਪਾਂ ਸਾਡਾ ਘਰ ਦਾ ਧਨੀਆ ਬਹੁਤ ਵਧੀਆ ਸਮੈਲ ਇਹਦੀ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਤਾਜ਼ਾ ਤੋੜ ਕੇ ਅਤੇ ਆਹ ਟਮਾਟਰ ਲਿਆ ਆਪਾਂ ਵੱਡਾ 1 ਟਮਾਟਰ ਲਿਆ ਇਹ ਵੀ ਪਾਵਾਂਗੇ ਵਿੱਚ ਤੁਸੀਂ ਚਾਹੋ ਤਾਂ ਨਹੀਂ ਪਾ ਸਕਦੇ ਪਰ ਆਪਾਂ ਲੱਗੇ ਪਾਉਣ ਕੋਈ ਜ਼ਰੂਰੀ ਨਹੀਂ ਆ ਟਮਾਟਰ ਵੈਸੇ ਅਤੇ ਆਹ ਆਪਾਂ ਪਿਆਜ਼ ਲਿਆ 2 ਅਤੇ ਇਹਨਾਂ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਵਾ ਅਤੇ ਆਹ ਮਸਾਲੇ ਆ ਸਾਰੇ ਅਤੇ ਹੁਣ ਆਪਾਂ ਗੈਸ ਔਨ ਕਰਕੇ ਕੜਾਹੀ ਉੱਪਰ ਰੱਖਾਂਗੇ ਅਤੇ ਫਿਰ ਤੁਹਾਨੂੰ ਵਿਖਾਲਦੇ ਹਾਂ ਤੜਕਾ ਲਾਉਂਦੇ ਆਪਾਂ ਸਾਡੀ ਕੜਾਹੀ ਜਿਹੜੀ ਹੈ ਇਹ ਗਰਮ ਹੋ ਗਈ ਹੈ ਅਤੇ ਹੁਣ ਆਪਾਂ ਵਿੱਚ ਤੇਲ ਪਾਵਾਂਗੇ ਕੜਛੀ 1 ਤੇਲ ਦੇ ਅੰਦਾਜ਼ੇ ਨਾਲ ਪਾਉਣੀ ਤੁਸੀਂ ਤੁਹਾਡੀ ਮੇਥੀ ਭੁਰਜੀ ਜ਼ਿਆਦਾ ਵਾ ਅਤੇ ਤੁਸੀਂ ਜ਼ਿਆਦਾ ਤੇਲ ਪਾ ਸਕਦੇ ਜੋ ਸਾਡੀ ਥੋੜ੍ਹੀ ਹੈ ਅਤੇ ਅਸੀਂ ਥੋੜ੍ਹੀ 'ਚ ਤੇਲ ਪਾਵਾਂਗੇ ਥੋੜ੍ਹਾ 1 ਕੜਛੀ ਤੇਲ ਦੀ ਬਹੁਤ ਹੈ ਇਹਦੇ ਵਿੱਚ ਮੇਥੀ ਦੇ ਵਿੱਚ ਅੱਧਾ ਕਿਲੋ ਮੇਥੀ ਹੋ ਗਈ ਆ ਤਾਂ ਅੱਧਾ ਕਿਲੋ ਆਲੂ ਆ ਕਿਲੋ ਦੇ ਵਿੱਚ ਕੜਛੀ 1 ਤੇਲ ਦੀ ਬਹੁਤ ਹੁੰਦੀ ਹੈ ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਜੇ ਅਤੇ ਇਹਨੂੰ ਹੁਣ ਆਪਾਂ ਗਰਮ ਹੋਣ ਦਿੰਦੇ ਥੋੜ੍ਹਾ ਜਿਹਾ ਅਤੇ ਮੇਥੀ ਦੀ ਜਿਹੜੀ ਭੁਰਜੀ ਆ ਇਹ ਖਾਣ ਵਾਸਤੇ ਬਹੁਤ ਵਧੀਆ ਸਰੀਰ ਵਾਸਤੇ ਆ ਇਹ ਦਵਾ ਦਾ ਕੰਮ ਦਵਾਈ ਦਾ ਕੰਮ ਕਰਦੀ ਆ ਜਿਹੜੀ ਮੇਥੀ ਜਿਹੜੀ ਆ ਹਾਲੋਂ ਜਿਹੜੀ ਆਪਾਂ ਵਿੱਚ ਪਾਈ ਆ ਹਾਲੋਂ ਜਿਹੜੀ ਇਹ ਵਾਈ ਨੂੰ ਮਾਰਦੀ ਆ ਅਤੇ ਗਰਮ ਹੁੰਦੀ ਆ ਅਤੇ ਇਹ ਜ਼ਰੂਰ ਖਾਣੀ ਚਾਹੀਦੀ ਆ ਹਫ਼ਤੇ ਦੇ ਵਿੱਚ ਇੱਕ ਵਾਰੀ ਮੇਥੀ ਦੀ ਭੁਰਜੀ ਜ਼ਰੂਰ ਖਾਣੀ ਚਾਹੀਦੀ ਆ ਅਸੀਂ ਬੱਚੇ ਅੱਜ ਕੱਲ੍ਹ ਖਾਂਦੇ ਨਹੀਂ ਆ ਖੁਸ਼ ਹੋ ਗਏ ਪਰ ਇਹ ਸਵਾਦ ਬਹੁਤ ਲੱਗਦੀ ਆ ਟੇਸਟ ਵਿੱਚ ਆਪਾਂ ਹਰਿਆ ਧਨੀਆ ਪਾਇਆ ਵਾ ਹਾਲੋਂ ਪਾਈ ਆ ਮੇਥੀ ਪਾਈ ਆ ਅਤੇ ਆਲੂ ਪਾਏ ਆ ਬੱਚੇ ਜਿਹੜੇ ਉਹ ਆਲੂ ਕੱਢ ਕੱਢ ਖਾ ਲੈਂਦੇ ਆ ਪਰ ਇਹ ਮੇਥੀ ਜਿਹੜੀ ਇਹ ਵੀ ਖਾਣੀ ਚਾਹੀਦੀ ਆ ਹਰੀ ਸਬਜ਼ੀ ਤਾਂ ਵੈਸੇ ਵੀ ਖਾਣੀ ਜਿਹੜੀ ਆ ਉਹ ਸਰੀਰ ਵਾਸਤੇ ਬਹੁਤ ਵਧੀਆ ਵਾ ਅਤੇ ਜ਼ਰੂਰ ਖਾਣੀ ਚਾਹੀਦੀ ਹੈ ਅਤੇ ਅਸੀਂ ਤਾਂ ਹਫ਼ਤੇ ਦੇ ਵਿੱਚ ਇੱਕ ਵਾਰੀ ਬਣਾ ਲੈਂਦੇ ਹਾਂ ਅਤੇ ਜ਼ਰੂਰ ਬਣਾਈ ਦੀ ਆ ਕਿਉਂਕਿ ਮੇਥੀ ਜਿਹੜੀ ਅੱਜ ਕੱਲ੍ਹ ਹੁਣ ਆਉਣ ਡਈ ਆ ਵਧੀਆ ਹੀ ਆਉਣ ਡਈ ਆ ਮੇਥੀ ਇਹ ਵੀ ਸਾਗ ਵਾਂਗੂ ਬਣਦੀ ਹੈ ਹਾਂ ਹੁੰਦੀ ਤਾਂ ਸਾਗ ਵਾਂਗੂ ਹੀ ਆ ਪਰ ਇਹ ਮਤਲਬ ਕਿ ਇਹਨੂੰ ਮੱਠੀ ਮੱਠੀ ਅੱਗ 'ਤੇ ਬਣਾਉਣਾ ਪੈਂਦਾ ਅਤੇ ਇਹ ਬੜੀ ਸਵਾਦ ਲੱਗਦੀ ਆ ਖਾ ਕੇ ਵੇਖੀ ਅੱਜ ਨਾਲ ਮੱਕੀ ਦੀ ਰੋਟੀ ਬਣ ਸਕਦੀ ਹੈ ਨਹੀਂ ਨਹੀਂ ਕਣਕ ਦੀ ਵਧੀਆ ਲੱਗਦੀ ਇਹਦੇ ਨਾਲ ਵੈਸੇ ਮੱਕੀ ਦੇ ਆਟੇ ਵਿੱਚ ਵੀ ਮੇਥੀ ਜਿਹੜੀ ਇਹ ਪੈ ਜਾਂਦੀ ਹੈ ਉਦਣ ਆਪਾਂ ਬਣਾ ਕੇ ਵੀਡੀਓ ਇਹਦੀ ਪਾਵਾਂਗੇ ਕਣਕ ਦੀ ਰੋਟੀ 'ਚ ਵੀ ਪੈ ਜਾਂਦੀ ਹੈ ਪਹਿਲਾਂ ਆਪਾਂ ਜੀਰਾ ਪਾਵਾਂਗੇ ਇਹਦੇ ਵਿੱਚ ਜੀਰਾ ਪਾਵਾਂਗੇ 1 ਚਮਚਾ ਚਮਚਾ ਸਾਡਾ ਛੋਟਾ ਵਾ ਅਤੇ ਵਿੱਚ ਆਪਾਂ ਪਾਵਾਂਗੇ ਇਹਨੂੰ ਥੋੜ੍ਹਾ ਜਿਹਾ ਭੁੰਨਣਾ ਵਾ ਅਤੇ ਵਿੱਚ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਭੁੰਨਣ ਦੇਵਾਂਗੇ ਭੁੰਨ ਦੇਵਾਂਗੇ
ਵੈਸੇ ਤਾਂ ਕਈ ਭੁਰਜੀ ਬਣਾਉਂਦੇ ਸੀ ਅਤੇ ਇਕੱਲੇ ਪਿਆਜ਼ ਦਾ ਤੜਕਾ ਲਾਉਂਦੇ ਸੀ, ਜ਼ਿਆਦਾ ਵੀ ਨਹੀਂ ਭੁੰਨਣਾ ਕਿ ਉਹ ਸੜ ਜਾਵੇ ਅਤੇ ਫਿਰ ਸਮੈਲ ਬੜੀ ਆਉਂਦੀ ਹੈ ਤੜੇ ਦੀ। ਅਤੇ ਭੁਰਜੀ ਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਇਸ ਤਰ੍ਹਾਂ ਰਹਿਣ ਦੇਵਾਂਗੇ ਨਾ ਤਾਂ ਬਹੁਤ ਟੇਸਟੀ ਬਣਦੀ ਹੈ ਇਹ। ਹੁਣ ਆਪਾਂ ਵਿੱਚ ਪਾਵਾਂਗੇ ਅਦਰਕ, ਅਦਰਕ ਦਾ ਇੱਕ ਚਮਚਾ ਵਾ, ਤੁਸੀਂ ਚਾਹੋ ਤਾਂ ਲਸਣ ਵੀ ਪਾ ਸਕਦੇ ਹੋ, ਪਰ ਇਹ ਮੇਥੀ ਤਾਂ ਪਹਿਲਾਂ ਗਰਮ ਹੁੰਦੀ ਆ, ਲਸਣ ਦੀ ਜ਼ਿਆਦਾ ਲੋੜ ਨਹੀਂ ਇਹਦੇ ਵਿੱਚ। ਅਤੇ ਪਾਵਾਂਗੇ ਆਪਾਂ ਹਰੀ ਮਿਰਚ ਵੀ ਨਾਲ ਹੀ ਪਾ ਦਾਂਗੇ। ਹਰੀਆਂ ਮਿਰਚਾਂ ਆਪਾਂ ਦੋ ਹੀ ਕੱਟੀਆਂ ਜੀ, ਗ੍ਰੈਂਡ ਕਰ ਲਈਆਂ ਜੀ, ਇਹਨਾਂ ਨੂੰ ਆਪਾਂ ਲਾਉਂਦੇ ਰਹਾਂਗੇ। ਜਦੋਂ ਥੋੜ੍ਹਾ ਥੋੜ੍ਹਾ ਲਾਲ ਜ਼ਿਆਦਾ ਹੋਣ ਲੱਗੇ ਤਾਂ ਅੱਗ ਜਿਹੜੀ ਆ ਉਹ ਘੱਟ ਕਰ ਦੇਣੀ ਹੈ। ਸਾਡੇ ਬਹੁਤ ਖੁਸ਼ ਹੋ ਕੇ ਖਾਂਦੇ ਆ ਮੇਥੀ ਦੀ ਭੁਰਜੀ, ਅਸੀਂ ਹਫ਼ਤੇ ਦੇ ਵਿੱਚ ਇੱਕ ਵਾਰੀ ਬਣਾ ਲੈਂਦੇ ਹਾਂ। ਅਸੀਂ ਆਪਣੇ ਘਰ ਵੀ ਬੀਜੀ, ਉੱਪਰ ਛੱਤ ਦੇ ਗਮਲਿਆਂ ਦੇ ਵਿੱਚ ਬੀਜੀ ਆਪਾਂ। ਤਾਜ਼ੀ ਤਾਜ਼ੀ ਤੋੜ ਕੇ ਅਤੇ ਫਿਰ ਬਣਾ ਲਈਦੀ ਆ, ਅਤੇ ਅੱਜ ਦੇ ਭਾਰ ਆਪਾਂ ਮੁੱਲ ਹੀ ਲਈ। ਹੁਣ ਪਾਵਾਂਗੇ ਵਿੱਚ ਟਮਾਟਰ, ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਆਪਾਂ ਪਹਿਲਾਂ ਧਨੀਆ ਪਾ ਦਾਂਗੇ ਥੋੜ੍ਹਾ ਜਿਹਾ ਪਹਿਲਾਂ। ਥੋੜ੍ਹਾ ਜਿਹਾ ਨਾਲ ਆਪਾਂ ਇਹਦੇ ਨਮਕ ਪਾ ਦਾਂਗੇ, ਨਮਕ ਨਾਲ ਕੀ ਹੁੰਦਾ ਕਿ ਟਮਾਟਰ ਜਿਹੜਾ ਵਾ ਥੋੜ੍ਹਾ ਨਰਮ ਹੋ ਜਾਂਦਾ। ਡੀਜੇ ਬੰਦ ਹੋ ਗਿਆ ਮੈਂ ਬੈਠਾ ਸੀ। ਅਤੇ ਨਮਕ ਜਿਹੜਾ ਵਾ ਤੁਸੀਂ ਆਪਣੇ ਸਵਾਦ ਅਨੁਸਾਰ ਪਾਇਓ, ਤੁਸੀਂ ਖਾਂਦੇ ਜੋ। ਆਪਾਂ ਟਮਾਟਰ ਨੂੰ ਭੁੰਨਾਂਗੇ ਅਤੇ ਲਾਈਕ ਸ਼ੇਅਰ ਕਰਨਾ, ਸਬਸਕ੍ਰਾਈਬ ਦੱਬ ਕੇ ਕਰਨਾ, ਅਤੇ ਜਿਹੜੇ ਸਾਡੇ ਵੀਡੀਓ 'ਤੇ ਨਵੇਂ ਆਏ ਆ ਉਹ ਵੀ ਵਧੀਆ ਵੇਖਣ ਅਤੇ ਨਾਲੇ ਪੂਰੀ ਵੇਖਣ, ਪੂਰੀ ਵੇਖਿਆ ਕਰੋ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਬੈੱਲ ਆਉਣ ਦੀ ਘੰਟੀ ਦਬਾਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਮਿਲੇ ਅਤੇ ਸਾਡਾ ਵੀ ਹੌਸਲਾ ਜਿਹੜਾ ਵਧੇ। ਹੁਣ ਵਿੱਚ ਆਪਾਂ ਪਾਵਾਂਗੇ ਆਲੂ, ਨਹੀਂ ਆਲੂ ਬਾਅਦ 'ਚ ਪਾਵਾਂਗੇ, ਪਹਿਲਾਂ ਆਪਾਂ ਪਾਵਾਂਗੇ ਥੋੜ੍ਹੀ ਜਿਹੀ ਹਲਦੀ, ਹਲਦੀ ਪਾਵਾਂਗੇ ਇੱਕ ਚਮਚਾ, ਤੁਸੀਂ ਜਿੰਨਾ ਪਾਉਣੀ ਚਾਹੁੰਦੇ ਤੁਸੀਂ ਪਾ ਲਿਓ। ਅਤੇ ਆਪਾਂ ਦੇਗੀ ਮਿਰਚ ਪਾਵਾਂਗੇ ਥੋੜ੍ਹੀ ਜਿਹੀ, ਅਤੇ ਲਾਲ ਮਿਰਚ ਨਹੀਂ ਆਪਾਂ ਪਾਉਣੀ ਕਿਉਂਕਿ ਹਰੀ ਪਾਈ ਆ ਅਤੇ ਜ਼ਿਆਦਾ ਕੌੜੀ ਹੋ ਜਾਂਦੀ ਹੈ। ਅਤੇ ਆਹ ਆਪਾਂ ਘਰ ਦਾ ਵੀ ਪੀਸਿਆ ਮਸਾਲਾ ਪਾਵਾਂਗੇ ਦੋ ਚਮਚੇ, ਅਤੇ ਨਮਕ ਆਪਾਂ ਪਾ ਦਿੱਤਾ ਪਹਿਲਾਂ, ਹੁਣ ਇਹਨੂੰ ਥੋੜ੍ਹਾ ਜਿਹਾ ਭੁੰਨਾਂਗੇ ਆਪਾਂ। ਅਸੀਂ ਮਿਰਚ ਮਸਾਲਾ ਜਿਹੜਾ ਘੱਟ ਖਾਂਦੇ ਹਾਂ ਤਾਂ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਖਾਂਦੇ ਜੋ ਓਨਾ ਪਾ ਲੈਣਾ। ਆਪਾਂ ਮਸਾਲਾ ਕਿੱਡਾ ਵਧੀਆ ਭੁੱਜਾ ਵਾ ਅਤੇ ਮੇਥੀ ਕਿੰਨੀ ਵਧੀਆ ਬਣੂਗੀ, ਇਹਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ ਵਾ ਇੱਕ ਮਿੰਟ ਵਾਸਤੇ ਹੀ, ਜ਼ਿਆਦਾ ਨਹੀਂ ਭੁੰਨਣਾ ਇਹਨੂੰ, ਇਹਦੇ 'ਚ ਪਾਣੀ ਨਹੀਂ ਪਾਈਦਾ। ਹੁਣ ਵਿੱਚ ਆਪਾਂ ਆਲੂ ਪਾ ਦਾਂਗੇ, ਆਲੂਆਂ ਥੋੜ੍ਹਾ ਜਿਹਾ ਭੁੰਨ ਲਾਂਗੇ ਨਾ, ਅੱਗ ਆਪਾਂ ਮੱਠੀ ਰਹਿਣ ਦੇਣੀ ਆ। ਇਹ ਜਿਹੜੀ ਭੁਰਜੀ ਆ ਇਹ ਤੇਲ ਦੇ ਵਿੱਚ ਵਧੀਆ ਬਣਦੀ ਆ, ਤੇਲ ਦੇ ਵਿੱਚ ਬਹੁਤ ਟੇਸਟੀ ਬਣਦੀ ਹੈ ਕੋਈ ਵੀ ਤੇਲ ਹੋਵੇ। ਹੁਣ ਆਪਾਂ ਵਿੱਚ ਪਾ ਦਾਂਗੇ ਮੇਥੀ ਅਤੇ ਹਾਲੋਂ ਥੋੜ੍ਹੀ ਥੋੜ੍ਹੀ ਕਰਕੇ ਪਾਵਾਂਗੇ ਕਿਉਂਕਿ ਪਹਿਲਾਂ ਬਾਅਦ 'ਚ ਫਿਰ ਤਾਂ ਹੋ ਜਾਂਦੀ ਹੈ।
ਇਹਨਾਂ ਥੋੜ੍ਹੀ ਜਿਹੀ ਜ਼ਿਆਦਾ ਲੱਗਦੀ ਹੈ, ਬਾਅਦ 'ਚ ਥਾਂ ਦਿੰਦੀ ਹੈ ਇਹਨੂੰ ਇਸ ਤਰ੍ਹਾਂ ਕਰਕੇ। ਜੇ ਜ਼ਿਆਦਾ ਲੱਗੇ ਤਾਂ ਆਪਾਂ ਥੋੜ੍ਹੀ ਜਿਹੀ ਬਾਅਦ ਵਿੱਚ ਪਾ ਦੇਣੀ ਆ। ਇਹਦੇ 'ਚ ਪਾਣੀ ਨਹੀਂ ਪਾਉਣਾ, ਪਾਣੀ ਤਾਂ ਆਪ ਛੱਡ ਦਿੰਦੇ ਵਿੱਚ। ਹੁਣ ਆਪਾਂ ਸਾਰੀ ਭੁਰਜੀ ਪਾ ਦਾਂਗੇ। ਇਹਨੂੰ ਆਪਾਂ ਹੌਲੀ ਹੌਲੀ ਹਿਲਾਵਾਂਗੇ। ਕਿਉਂਕਿ ਇਹ ਲੂਣ ਮਿਰਚ ਮਸਾਲਾ ਜਿਹੜਾ ਸਾਰਾ ਵਿੱਚ ਰਲ ਜਾਵੇ। ਜਿਉਂ ਜਿਉਂ ਇਹਨੇ ਬਣੀ ਜਾਣਾ ਤਿਉਂ ਤਿਉਂ ਇਹਨੇ ਥੋੜ੍ਹਾ ਥੋੜ੍ਹਾ ਮੈਂ ਭੁਰਜੀ ਜਿਹੜੀ ਛੇਤੀ ਬਣ ਜਾਂਦੀ ਆ, 10 ਕੁ ਮਿੰਟ ਲੱਗਦੇ ਆ ਕਿਉਂਕਿ ਇਹਨੂੰ ਮੱਠੀ ਮੱਠੀ ਅੱਗ 'ਤੇ ਬਣਾਉਣਾ ਪੈਂਦਾ ਵਾ। ਅਤੇ ਹੁਣ ਆਪਾਂ ਇਹਨੂੰ ਢੱਕ ਦਿੰਦੇ ਹਾਂ। ਹੁਣ ਇਹਨੂੰ ਢੱਕ ਦਿੰਦੇ ਹਾਂ ਆਪਾਂ ਵੇਖਦੇ ਹਾਂ ਵੀ ਸਾਡੀ ਭੁਰਜੀ ਜਿਹੜੀ ਆ ਕਿੰਨੀ ਕੁ ਬਣੀ ਆ। 5 ਮਿੰਟ ਹੋ ਗਏ ਆ, ਬਣ ਰਹੀ ਹੈ, ਥੋੜ੍ਹੀ ਕਸਰ ਰਹਿ ਗਈ ਆ। ਭੁਰਜੀ ਬਹੁਤ ਵਧੀਆ ਬਣ ਰਹੀ ਆ, 5 ਕੁ ਮਿੰਟ ਵਾਸਤੇ ਹੋਰ ਬਣੂਗੀ ਅਤੇ ਭੁਰਜੀ ਜਿਹੜੀ ਆ ਉਹ ਤਿਆਰ ਹੋ ਜਾਣੀ ਆ। 10 ਕੁ ਮਿੰਟ ਲੱਗਦੇ ਆ ਭੁਰਜੀ ਬਣਨ 'ਚ, ਅਤੇ ਭੁਰਜੀ ਜਿਹੜੀ ਐਂ ਵਧੀਆ ਬਣ ਜਾਂਦੀ ਆ। ਹੁਣ 5 ਮਿੰਟ ਹੋ ਗਏ ਅਤੇ ਆਪਾਂ ਇਹਨੂੰ ਫਿਰ ਢੱਕ ਦਿੰਦੇ ਹਾਂ ਅਤੇ ਫਿਰ ਤੁਹਾਨੂੰ ਪਕਾਲਦੇ ਹਾਂ, ਫਿਰ ਬਣ ਜਾਣੀ ਆ। ਆਈ ਆਪਾਂ ਖੋਲ੍ਹ ਕੇ ਵੇਖਦੇ ਹਾਂ ਕੜਾਹੀ ਨੂੰ, ਲਾ ਕੇ ਢੱਕਣ ਵੀ ਬਣ ਗਈ ਕਿ ਨਹੀਂ। 5 ਮਿੰਟ ਹੋ ਗਏ ਆ, ਸਬਜ਼ੀ ਸਾਡੀ ਬਹੁਤ ਵਧੀਆ ਬਣੀ ਆ, ਤੁਸੀਂ ਦੇਖ ਹੀ ਸਕਦੇ ਜੇ। ਅਤੇ ਇਹਨੂੰ ਇਸ ਤਰ੍ਹਾਂ ਮੱਠੀ ਮੱਠੀ ਅੱਗ 'ਤੇ ਆਪਾਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਅਤੇ ਸਬਜ਼ੀ ਜਿਹੜੀ ਆ ਬਹੁਤ ਵਧੀਆ ਬਣੀ ਆ, ਵਿੱਚ ਕਿੰਨੀ ਸੋਹਣੀ ਤਿਆਰ ਹੋਈ ਆ ਅਤੇ ਐਂ ਪੂਰੀ ਤਰ੍ਹਾਂ ਬਣ ਗਈ ਆ ਅਤੇ ਵੇਖਣ ਨੂੰ ਐਡੀ ਵਧੀਆ ਲੱਗਣ ਡਈ ਆ ਅਤੇ ਖਾਣ 'ਚ ਕਿੰਨੀ ਸਵਾਦ ਹੋਵੇਗੀ। ਅਤੇ ਆਪਾਂ ਹੁਣ ਪਲੇਟ 'ਚ ਪਾਉਂਦੇ ਹਾਂ। ਬਹੁਤ ਵਧੀਆ ਬਣੀ ਸਬਜ਼ੀ, ਨਹੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਣਾ। ਹੋਰ ਮੇਥੀ ਅਤੇ ਹਾਲੋਂ ਦੀ ਸਬਜ਼ੀ ਭੁਰਜੀ, ਅਜੇ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਆ ਅਤੇ ਸਬਜ਼ੀ ਬਹੁਤ ਵਧੀਆ ਬਣੀ ਆ। ਅਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਅਤੇ ਫਿਰ ਕਮੈਂਟ ਕਰਕੇ ਦੱਸਿਓ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਅਤੇ ਇੱਕ ਗੱਲ, ਇੱਕ ਬੇਨਤੀ ਆ ਕਿ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਵੀਡੀਓ ਨੂੰ ਕਈ ਵੇਖ ਲੈਂਦੇ ਆ ਭੈਣ ਭਰਾ ਅਤੇ ਪੂਰੀ ਨਹੀਂ ਵੇਖਦੇ ਅਤੇ ਵੇਖ ਕੇ ਸਬਸਕ੍ਰਾਈਬ ਨਹੀਂ ਕਰਦੇ, ਅਤੇ ਮਿਹਨਤ ਬਹੁਤ ਲੱਗਦੀ ਆ ਅਤੇ ਸਾਡਾ ਵੀ ਹੌਸਲਾ ਜਿਹੜਾ ਵੱਧਦਾ ਜਦੋਂ ਸਬਸਕ੍ਰਾਈਬ ਕਰਦਾ ਕੋਈ, ਤਾਂ ਸਾਨੂੰ ਖੁਸ਼ੀ ਹੁੰਦੀ ਆ ਵੀ ਸਾਡਾ ਵੀ ਕੋਈ ਭੈਣ ਭਰਾ ਬਣਿਆ ਵਾ, ਕੋਈ ਪਰਿਵਾਰ ਦਾ ਮੈਂਬਰ। ਅਤੇ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਅਤੇ ਬੈਲ ਆਉਣ ਦੀ ਘੰਟੀ ਦਬਾਇਆ ਕਰੋ। ਅਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ।